ਹਰਮਨ ਟੀਵੀ ਦੇ ਦਰਸ਼ਕਾਂ ਨੂੰ ਡਾਕਟਰ ਗੁਰਵਿੰਦਰ ਵੱਲੋਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਅੱਜ ਦੇ ਇਸ ਕਾਵਿ ਸ਼ੈਲੀ ਦੇ ਦੋਸਤਾਂ ਦੇ ਵਿੱਚ ਅੱਜ ਦੀ ਇਸ ਮਹਿਫਿਲ ਦੇ ਵਿੱਚ ਸਾਡੇ ਨਾਲ ਰੂਬਰੂ ਨੇ ਮਿਸਟਰ ਅੰਗਰੇਜ਼ ਕਲੇਰ ਅੰਗਰੇਜ਼ ਕਲੇਰ ਹੋਰਾਂ ਦਾ ਸਟੂਡੀਓ 'ਚ ਸਵਾਗਤ ਹੈ ਸਾਹਿਬ ਮੈਂ ਆਪਣੇ ਦਰਸ਼ਕਾਂ ਦੇ ਨਾਲ ਗੱਲ ਸਾਂਝੀ ਕਰਨ ਤੋਂ ਪਹਿਲਾਂ ਮਾਂ ਸਰਸਵਤੀ ਦੇ ਚਰਨੀ ਆਪਣੀ ਚਰਨ ਵੰਦਨਾ ਭੇਟ ਕਰਦਾ ਹਾਂ ਅਤੇ ਕੁੱਲ ਦੁਨੀਆਂ ਦੇ ਪੈਗੰਬਰੀ ਰੂਹਾਂ ਅਤੇ ਚਿੰਤਕ ਰੂਹਾਂ ਜਿਨ੍ਹਾਂ ਨੇ ਸਮਾਜ ਨੂੰ ਸਾਨੂੰ ਕਲਮਾਂ ਫੜਾਈਆਂ ਅਤੇ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਮੈਂ ਹਰਮਨ ਟੈਲੀਵਿਜ਼ਨ ਦੇ ਸਮੂਹ ਦਰਸ਼ਕਾਂ ਪਿਆਰੇ ਪਿਆਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਕਬੂਲ ਕੀਤੀ ਜਾਵੇ ਮਿਹਰਬਾਨੀ ਮੈਂ ਅੱਜ ਦੀ ਇਸ ਮਹਿਫਿਲ ਦੇ ਵਿੱਚ ਮੈਂ ਚਾਹੁੰਦਾ ਕਿ ਬਈ ਕਾਵਿਕ ਕਵਿਤਾ ਜਿਹੜੀ ਤੁਹਾਡੀ ਸ਼ੈਲੀ ਹੈ ਉਹ ਅੰਗਰੇਜ਼ ਕਲੇਰ ਕਿਹੜੀ ਕਵਿਤਾ ਅਤੇ ਕਿਹੜੀ ਸ਼ੈਲੀ ਦੇ ਨਾਲ ਲੋਕਾਂ ਦੇ ਵਿੱਚ ਵਿਚਰ ਰਿਹਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਮੈਂ ਕੁਛ ਆਪਣੀ ਕਵਿਤਾ ਦੀਆਂ ਵਣਗੀਆਂ ਤੁਹਾਨੂੰ ਪੇਸ਼ ਕਰਾਂ ਤੁਸੀਂ ਜਿਸ ਪਿਆਰ ਭਰੇ ਸੁਨੇਹੇ ਦੇ ਨਾਲ ਮੈਨੂੰ ਹੁਕਮ ਕੀਤਾ ਤਾਂ ਉਹਦੇ ਵਾਸਤੇ ਮੈਂ ਇੱਕ ਸ਼ੇਅਰ ਤੁਹਾਡੀ ਨਜ਼ਰ ਕਰਨਾ ਚਾਹੁੰਦਾ ਮੇਰਾ ਖਿਆਲ ਆ ਕਿ ਵੀ ਕੁੱਲ ਹਰਮਨ ਟੈਲੀਵਿਜ਼ਨ ਦੇ ਦਰਸ਼ਕਾਂ ਨੂੰ ਵੀ ਇਹ ਸਾਡੇ ਇਸ ਆਗਾਜ਼ 'ਤੇ ਖੂਬਸੂਰਤ ਲੱਗੇਗੀ ਗੱਲ ਉਹ ਇਹ ਆ ਜੀ ਕਿ ਫੁੱਲਾਂ ਦੀ ਖੁਸ਼ਬੂ ਦੇ ਵਾਂਗੂ ਫੁੱਲਾਂ ਦੀ ਖੁਸ਼ਬੂ ਦੇ ਵਾਂਗੂ ਜਿਹੜਾ ਸਾਨੂੰ ਮਾਰੇ ਆਵਾਜ਼ ਕਰ ਰਹੇ ਹਾਂ ਉਸੇ ਦਾ ਹੀ ਇੰਤਜ਼ਾਰ ਦੋਸਤੋ ਵਾਹ ਕਿਆ ਬਾਤ ਹੈ ਤਾਂ ਤੁਹਾਡੀ ਨਜ਼ਰ ਇੱਕ ਮੈਂ ਹੋਰ ਸ਼ੇਅਰ ਕਰਾਂ ਜੀ ਥੋੜ੍ਹਾ ਜਿਹਾ ਮਤਲਬ ਦੇਖੋ ਕਵੀ ਦੇ ਅੰਦਰ ਕੀ ਹੁੰਦਾ ਉਹ ਸ਼ਬਦਾਂ ਨੂੰ ਸ਼ਬਦਾਂ ਦੇ ਰਾਹੀਂ ਕਿਸ ਤਰੀਕੇ ਨਾਲ ਗੱਲ ਕਰਦਾ ਮੈਂ ਤੁਹਾਡੀ ਨਜ਼ਰ ਇੱਕ ਹੋਰ ਸ਼ੇਅਰ ਕਰਨਾ ਚਾਹੁੰਦਾ ਜੀ ਕਰਦਾ ਤੇਰੇ ਹੋਠਾਂ 'ਤੇ ਇੱਕ ਵੰਜਰੀ ਧਰ ਜਾਵਾਂ ਜੀ ਕਰਦਾ ਤੇਰੇ ਹੋਠਾਂ 'ਤੇ ਇੱਕ ਵੰਜਲੀ ਧਰ ਜਾਵਾਂ ਉਸ ਪਿੱਛੋਂ ਫਿਰ ਭਾਵੇਂ ਪਲ ਛੇ ਦੇ ਵਿੱਚ ਮਰ ਜਾਵਾਂ ਕਿਆ ਬਾਤ ਬਹੁਤ ਸੋ ਡਾਕਟਰ ਸਾਹਿਬ ਗੱਲ ਇਹ ਹੈਗੀ ਆ ਮੇਰੇ ਅੰਦਰ ਹਰਮਨ ਟੈਲੀਵਿਜ਼ਨ ਦੇ ਪ੍ਰਤੀ ਜੋ ਅਥਾਹ ਪਿਆਰ ਅਤੇ ਵਿਸ਼ਵਾਸ ਔਰ ਨਿੱਘ ਜਿਹੜਾ ਪਨਪ ਰਿਹਾ ਉਮੜ ਰਿਹਾ ਉਗੜ ਰਿਹਾ ਉਹ ਕਦੇ ਕਦੇ ਲੱਗਦਾ ਵੀ ਸ਼ਾਇਦ ਮੈਂ ਉਹਨਾਂ ਦੇ ਹਾਨਦਾਰ ਨਾ ਹੋਵਾਂਗਾ ਪਰ ਫਿਰ ਵੀ ਕਵਿਤਾ ਦੀ ਗੱਲ ਕਰਨ ਲੱਗਿਆਂ ਕੁਝ ਇਸ ਤਰ੍ਹਾਂ ਦੇ ਸ਼ੇਰਾਂ ਤੋਂ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ ਪੰਜਾਬੀ ਕਵਿਤਾ ਆਪਣੀ ਥਾਂ ਦੇ ਉੱਤੇ ਬਹੁਤ ਉੱਚਾ ਮੁਕਾਮ ਬਣਾ ਚੁੱਕੀ ਹੈ ਪੰਜਾਬੀ ਕਵਿਤਾ ਦੇ ਵਿੱਚ ਤੁਹਾਡਾ ਬਹੁਤ ਯੋਗਦਾਨ ਹੈ ਸਾਡੇ ਅਖਬਾਰਾਂ ਰਾਹੀਂ ਰਸਾਲਿਆਂ ਰਾਹੀਂ ਜਾਂ ਕਵਿਤਾਵਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੀਆਂ ਅਸੀਂ ਰਚਨਾਵਾਂ ਸੁਣਦੇ ਰਹਿੰਦੇ ਹਾਂ ਕੀ ਸਾਡੇ ਦਰਸ਼ਕਾਂ ਨੂੰ ਵੀ ਅੱਜ ਆਪਣੀ ਕੋਈ ਕਵਿਤਾ ਸੁਣਾ ਕੇ ਆਗਾਜ਼ ਕਰੋਗੇ ਡਾਕਟਰ ਸਾਹਿਬ ਮੈਂ ਤੁਹਾਡੇ ਸ਼ਬਦਾਂ 'ਤੇ ਜੋ ਤੁਸੀਂ ਮੈਨੂੰ ਸਵਾਲ ਜਵਾਬ ਕਰ ਰਹੇ ਹੋ ਮੈਂ ਉਹਦਾ 'ਤੇ ਫੁੱਲ ਚੜਾਉਂਦਾ ਹੋਇਆ ਗੱਲ ਆਪਣੀ ਗੱਲ ਆਪਣੇ ਸ਼ਬਦਾਂ ਦੇ ਰਾਹੀਂ ਕੁਝ ਇਸ ਤਰ੍ਹਾਂ ਦੀ ਕਹਿਣਾ ਚਾਹੁੰਦਾ ਕਿ ਇਸ ਧਰਤੀ 'ਤੇ ਜਿਉਂਦੇ ਹੋਏ ਮਨੁੱਖ ਦੀ ਹਜ਼ਾਰਾਂ ਸਾਲਾਂ ਦੀ ਜਿਹੜੀ ਲੰਬੀ ਉਮਰ ਹੈ ਉਹ ਜਦੋਂ ਸਿਵਲਾਈਜ਼ਡ ਹੋਇਆ ਜਦੋਂ ਉਹ ਜ਼ਿੰਦਗੀ ਜਿਉਣ ਦੇ ਸਾਰੇ ਸਰੋਕਾਰਾਂ ਨੂੰ ਸਮਝਣ ਲੱਗਾ ਤਾਂ ਉਹਦੀ ਸੁਰਤੀ ਦੇ ਵਿੱਚ ਸ਼ਬਦ ਪੈਦਾ ਹੋਇਆ ਉਹਦੀ ਸੁਰਤੀ ਦੇ ਵਿੱਚ ਸ਼ਬਦ ਪੈਦਾ ਹੋਇਆ ਅਤੇ ਜਿਸ ਨੂੰ ਸਾਡੇ ਪੈਗੰਬਰਾਂ ਨੇ ਧੁਨੀ ਦੇ ਰਾਹੀਂ ਜ਼ਿਕਰ ਕੀਤਾ ਹੈ ਬਿਲਕੁਲ ਅਤੇ ਧੁਨੀ ਤੋਂ ਤੁਰਦੇ ਤੁਰਦੇ ਅਸੀਂ ਸ਼ਬਦ ਤੱਕ ਆਏ ਪਰ ਸਾਨੂੰ ਖੁਸ਼ੀ ਹੈ ਕਿ ਧਰਤੀ ਦੇ ਕੁੱਲ ਵਸ਼ਿੰਦੇ
ਸ਼ਬਦ ਰਾਹੀਂ ਆਪਣੀ ਗੱਲ ਕਰ ਰਹੇ ਆ। ਉਹ ਸ਼ਬਦਾਂ ਦੇ ਰਾਹੀਂ ਜਿਹੜੀ ਗੱਲ ਕਰਦੇ ਆ ਉਹ ਘਰ ਤੋਂ ਲੈ ਕੇ ਬਾਹਰ ਔਰ ਸਮਾਜ ਤੋਂ ਲੈ ਕੇ ਇਨਕਲਾਬ ਤੱਕ ਦੀ ਗੱਲ ਕਰਦੇ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਕੁੱਲ ਫਿਲੋਸਫੀ, ਕੁੱਲ ਵਿਦਵਤਾ ਨੂੰ ਉਹਨਾਂ ਨੇ ਆਪਣੇ ਸ਼ਬਦਾਂ ਦੇ ਰਾਹੀਂ ਗੱਲ ਕੀਤੀ ਆ। ਔਰ ਸਾਨੂੰ ਖੁਸ਼ੀ ਆ ਕਿ ਅਸੀਂ ਇਸ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ ਕਿ ਜੋ ਉਹਨਾਂ ਨੇ ਆਪਣੇ ਸ਼ਬਦਾਂ ਰਾਹੀਂ ਸਾਨੂੰ ਕਹਿਣ ਦੀ ਸਾਨੂੰ ਆਸ਼ੀਰਵਾਦ ਦਿੱਤਾ, ਅਸੀਂ ਉਹਦਾ ਸੰਦਰਭ, ਉਹਨਾਂ ਦੀ ਭਾਸ਼ਾ ਔਰ ਉਹਦੇ ਪਿੱਛੇ ਜੋ ਉਹਨਾਂ ਦੀ ਇੱਛਾ ਹੈਗੀ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਬਿਲਕੁਲ। ਅਤੇ ਮੈਨੂੰ ਨਾਲੇ ਮੈਂ ਇਸ ਗੱਲ ਮੈਂ ਇਸ ਕਰਕੇ ਆਪਣੀ ਗੱਲ ਕੁਛ ਇਸ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਮਾਫ਼ ਕਰਨਾ ਹਰਮਨ ਟੈਲੀਵਿਜ਼ਨ ਦੇ ਦਰਸ਼ਕਾਂ ਨੂੰ, ਮੇਰੀ ਇੱਕ ਨਿੱਜੀ ਬੇਨਤੀ ਹੈ ਕਿ ਮੈਂ ਕਦੇ ਵੀ ਇਸ ਗੱਲ ਦਾ ਦਾਅਵਾ ਨਹੀਂ ਕੀਤਾ ਕਿ ਮੈਂ ਕਵਿਤਾ ਲਿਖਦਾ ਹਾਂ ਜਾਂ ਮੈਂ ਕੋਈ ਗੀਤ ਲਿਖਦਾ ਹਾਂ ਜਾਂ ਮੈਨੂੰ ਕੁਛ ਸੁਝਦਾ ਹੈ। ਅਸਲ ਵਿੱਚ ਸ਼ਬਦਾਂ ਦੇ ਰਾਹੀਂ ਮੈਨੂੰ ਮਾਂ ਸਰਸਵਤੀ ਦਾ ਆਸ਼ੀਰਵਾਦ ਮਿਲ ਕੇ ਮੈਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਮੈਂ ਸ਼ਬਦਾਂ ਦੇ ਰਾਹੀਂ ਕੋਈ ਆਪਣੀ ਗੱਲ ਕਹਿ ਸਕਾਂ ਅਤੇ ਸ਼ਬਦਾਂ ਦੇ ਰਾਹੀਂ ਆਪਣੀ ਜੋ ਸਾਡੀਆਂ ਭਾਵਨਾਵਾਂ ਹੈਗੀਆਂ ਉਹਨਾਂ ਨੂੰ ਵਿਅਕਤ ਕਰ ਸਕਾਂ। ਸੋ ਸ਼ਬਦ ਜਿਉਂ ਹੀ ਗੱਲ ਮੈਂ ਸ਼ੁਰੂ ਕਰਕੇ ਤੁਹਾਡੇ ਨਾਲ ਕੁਛ ਗਿਣਤੀ ਦੀਆਂ ਲਾਈਨਾਂ ਸ਼ੇਅਰ ਕਰੂੰਗਾ ਜੀ। ਮੇਰੀ ਕਵਿਤਾ ਦਾ ਸਿਰਲੇਖ ਹੈ ਜੀ, ਮੋਹੇ ਕੰਠ ਲਗਾਓ। ਮੋਹੇ ਕੰਠ ਲਗਾਓ ਸ਼ਬਦ ਜੀ, ਕਰ ਆਪਣੇ ਮੁੜ ਆਓ ਸ਼ਬਦ ਜੀ। ਮੋਹੇ ਕੰਠ ਲਗਾਓ ਸ਼ਬਦ ਜੀ, ਕਰ ਆਪਣੇ ਮੁੜ ਆਓ ਸ਼ਬਦ ਜੀ। ਤੁਹਾਡੇ ਚਰਨੀ ਸੀਸ ਨਿਵਾਵਾਂ, ਮੁਹੱਬਤ ਬਨ ਪਰਨਾਓ ਸ਼ਬਦ ਜੀ। ਮੋਹੇ ਕੰਠ ਲਗਾਓ, ਲਹੂ ਮੇਰੇ ਵਿੱਚ ਗਰਦਿਸ਼ ਕਰਦੇ, ਧੜਕਣ ਬਣ ਕੇ ਕਰਮ ਕਮਾਓ। ਸਾਹਾਂ ਨੂੰ ਵੀ ਦੇ ਰਵਾਨੀ, ਜ਼ਿੰਦਗੀ ਨੂੰ ਰੁਸ਼ਨਾਓ ਸ਼ਬਦ ਜੀ। ਮੋਹੇ ਕੰਠ ਲਗਾਓ, ਤਨ ਦੇ ਰੋਮ ਰੋਮ ਵਿੱਚੋਂ ਬੋਲੋ, ਤਨ ਦੇ ਰੋਮ ਰੋਮ ਵਿੱਚ ਬੋਲੋ। ਦਿਲ ਦੇ ਭੇਤ ਦੀ ਕੁੰਡੀ ਖੋਲੋ, ਭਾਵੇਂ ਪੋਲੇ ਕਦਮੀ ਆਓ, ਸ਼ਬਦ ਨਿਸ਼ਬਦ ਰਚਾਓ ਸ਼ਬਦ ਜੀ। ਮੋਹੇ ਕੰਠ ਲਗਾਓ, ਮੈਂ ਨਿਮਾਣਾ ਮੈਂ ਨਿਤਾਣਾ, ਪਰ ਮੈਂ ਮੰਨਾ ਤੁਹਾਡਾ ਭਾਣਾ। ਭਾਣੇ ਦੇ ਵਿੱਚ ਸਦਾ ਰਹਿਣ ਲਈ ਆ ਕੇ ਰਹਿਣ ਸਿਖਾਓ ਸ਼ਬਦ ਜੀ। ਮੋਹੇ ਕੰਠ ਲਗਾਓ। ਇੱਕ ਇੱਕ ਸ਼ੇਰ ਮੇਰਾ ਹੋਰ ਸੁਣ ਲਵੋ। ਪਾ ਕੇ ਮੈਂ ਸ਼ਬਦਾਂ ਦੇ ਗਹਿਣੇ, ਮੀਰਾ ਬਣ ਕੇ ਨੱਚਦੇ ਰਹਿਣਾ। ਮੇਰੇ ਹੋਠੀ ਬੰਸਰੀ ਧਰ ਕੇ ਆਪਣੇ ਸੁਰ ਵਿੱਚ ਗਾਓ ਸ਼ਬਦ ਜੀ। ਮੋਹੇ ਕੰਠ ਲਗਾਓ। ਵਾਹ ਕਲੇਰ ਸਾਹਿਬ, ਜਿਹੜੀ ਸ਼ਬਦਾਂ ਦੀ ਤੁਸੀਂ ਪਰਵਾਜ਼ ਭਰੀ ਬਹੁਤ ਹੀ ਉੱਚੀ ਕਾਵ ਵਾਂਗੂ। ਪਰ ਕਈ ਵਾਰ ਕੀ ਹੁੰਦਾ ਕਿ ਵੀ ਸਾਡੇ ਪਾਠਕ ਸਾਡੇ ਦਰਸ਼ਕ ਤੁਹਾਡੀ ਇਸ ਉਡਾਨ ਨੂੰ ਫੜ ਨਹੀਂ ਪਾਉਂਦੇ। ਇੱਕ ਦੂਜੀ ਗੱਲ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਮੈਂ ਤੁਹਾਡੀ ਇੱਕ ਕਵਿਤਾ ਪੜ੍ਹੀ, ਉਸ ਦੇ ਵਿੱਚ ਵੀ ਤੁਹਾਡੀ ਉਡਾਨ ਬਹੁਤ ਉੱਚੀ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਲੇਕਿਨ ਆਮ ਪਾਠਕ ਅਤੇ ਆਮ ਦਰਸ਼ਕ ਜਿਹੜੇ ਸੀ ਇਸ ਨੂੰ ਸਮਝ ਨਹੀਂ ਪਾਏ। ਜਿਵੇਂ ਉਸ ਗੀਤ ਸਾਜਿਆ ਤੁਹਾਡੀ ਕਵਿਤਾ ਸੀ, ਸਾਜਿਆ ਜੋ ਗੀਤ ਉਸਦਾ ਸੁਰਖ ਰੰਗ, ਨੱਚੇ ਸ਼ਮਸ਼ੀਰ ਸੰਗ ਕਦੇ ਆਕੀ ਡੰਗ, ਅੰਬਰਾਂ 'ਚ ਉੱਡੇ ਜਿਵੇਂ ਕੇਸਰੀ ਪਤੰਗ, ਅਪਣਾਏ ਜਿਉਣ ਲਈ ਸਦਾ ਸੁੱਚਾ ਰੰਗ, ਕਦੀ ਕਦੀ ਲੱਗਦਾ ਹੈ ਉਹ ਹੀ ਨਿਹੰਗ। ਸੋ ਉਸ ਦੇ ਬਾਰੇ ਤੁਸੀਂ ਕਲੈਰੀਫਾਈ ਕਰੋ। ਡਾਕਟਰ ਸਾਹਿਬ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਔਰ ਮੇਰਾ ਖਿਆਲ ਹੈ ਕਿ ਵੀ ਸਾਨੂੰ ਸਾਹਿਤ ਜਗਤ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਦੇ ਉੱਪਰ ਸੋਚਣ ਵਿਚਾਰਨ ਅਤੇ ਪਹਿਰਾ ਦੇਣ ਦਾ ਮੌਕਾ ਮਿਲਦਾ ਅਤੇ ਸਾਨੂੰ ਪਹਿਰਾ ਦੇਣਾ ਔਰ ਗੱਲ ਕਰਨ ਦੀ ਜ਼ਰੂਰਤ ਵੀ ਹੁੰਦੀ ਆ ਜੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦੇਣ ਲੱਗਾ ਕਿ ਜਦੋਂ ਕਵੀ ਦਰਬਾਰ ਵਿੱਚ ਜਾਂ ਕਿਸੇ ਵੀ ਜਗ੍ਹਾ 'ਤੇ
ਅਸੀਂ ਕੁਛ ਕਹਿ ਰਹੇ ਹੁੰਦੇ ਹੋ, ਤੁਸੀਂ ਕੁਛ ਕਹਿ ਰਹੇ ਹੁੰਦੇ ਹੋ, ਤਾਂ ਜਿਹੜੇ ਸਾਡੇ ਦਰਸ਼ਕ ਦੇ ਇੱਕ ਪੱਧਰ ਹੁੰਦਾ ਹੈ, ਵਿੱਦਿਆ ਦਾ ਪੱਧਰ, ਮਾਨਸਿਕ ਪੱਧਰ ਔਰ ਨਿੱਜੀ ਜੀਵਨ ਪ੍ਰਤੀ ਉਹਨਾਂ ਦੀ ਵਿਦਵਤਾ ਦਾ ਪੱਧਰ ਜਾਂ ਉਹਨਾਂ ਦੀ ਭਾਵਨਾ ਦਾ ਪੱਧਰ, ਉਹ ਵੱਖਰੇ, ਮੈਂ ਨਹੀਂ ਕਹਿੰਦਾ ਵੀ ਉਹਦਾ ਲੈਵਲ ਕਿਵੇਂ ਦਾ ਹੁੰਦਾ, ਉਹਦੇ 'ਚ ਉਹ ਵੱਖਰੀ ਵੱਖਰੀ ਤਰ੍ਹਾਂ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ। ਜੇ ਮੈਂ ਉਦਾਹਰਣ ਦੇਵਾਂ ਕਿ ਇੱਕ ਬੰਦਾ ਚੌਥੀ ਜਮਾਤ ਵਾਲਾ ਮੇਰੀ ਕਵਿਤਾ ਸੁਣ ਰਿਹਾ, ਇੱਕ ਫਿਲੋਸਫਰ ਮੇਰੀ ਕਵਿਤਾ ਸੁਣ ਰਿਹਾ, ਇੱਕ ਵਿਦਵਾਨ ਕਵਿਤਾ ਸੁਣ ਰਿਹਾ, ਇੱਕ PhD, ਇੱਕ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸੁਣ ਰਿਹਾ। ਉਹਨਾਂ ਦੇ ਜਿਹੜੇ ਨਿੱਜੀ ਔਰ ਮਾਨਵੀ ਸਰੋਕਾਰ ਹੁੰਦੇ ਨੇ, ਉਹਨਾਂ ਦੀ ਜਿਹੜੀ ਇੱਕ ਸਾਹਿਤ ਪ੍ਰਤੀ ਭਾਵਨਾ ਔਰ ਜਿਹੜੀ ਪਹੁੰਚ ਹੈ, ਉਹ ਸਾਰੀਆਂ ਥਾਵਾਂ 'ਤੇ ਅੰਤਰ ਵਿਰੋਧੀ ਹੁੰਦੀਆਂ ਨੇ। ਉਹ ਜਿਹੜਾ ਅੰਤਰ ਵਿਰੋਧੀ ਸਥਿਤੀਆਂ ਨੇ, ਉਹ ਦਾ ਸ਼ਾਇਰ ਜਾਂ ਲੇਖਕ ਜਾਂ ਕਵੀ ਜ਼ਿੰਮੇਵਾਰ ਨਹੀਂ ਹੁੰਦਾ। ਉਹ ਉਸਨੇ ਆਪਣੇ ਅੰਦਰ ਜੋ ਕਿਸੇ ਤਰ੍ਹਾਂ ਦਾ ਵੀ ਸ਼ਬਦਾਂ ਦੇ ਰਾਹੀਂ ਭਾਵਨਾਵਾਂ ਨੂੰ ਵਿਅਕਤ ਕਰਨ ਦਾ ਜਿਹੜਾ ਜਜ਼ਬਾ ਔਰ ਜਿਹੜਾ ਖੌਰੂ ਪੈ ਰਿਹਾ ਹੁੰਦਾ ਹੈ, ਉਹਦੇ ਵਾਸਤੇ ਉਹਨੂੰ ਮਾਂ ਸਰਸਵਤੀ ਦੇ ਆਸ਼ੀਰਵਾਦ ਨਾਲ ਬੜੇ ਵਾਜਬ ਔਰ ਜੈਜ਼ ਸ਼ਬਦ ਜਿਹੜੇ ਨੇ ਉਹ ਲੱਭਦੇ ਆ, ਔਰ ਉਹਦੇ ਵਿਚਾਰਾਂ ਉਹਦੇ ਸੋਚਾਂ ਦੇ ਹਾਣਦੇ ਹੋ ਕੇ ਤੁਰਦੇ ਨੇ, ਅਤੇ ਸ਼ਬਦਾਂ ਦਾ ਜਾਮਾ ਪਹਿਣ ਕੇ ਕਾਗਜ਼ਾਂ ਦੇ ਉੱਪਰ ਆਪਣਾ ਜਲਾਓ ਪੈਦਾ ਕਰਦੇ ਆ, ਅਤੇ ਜਿਹੜਾ ਉਹ ਜਲਾਓ ਹੈ ਉਹ ਪਾਠਕ ਪੜ੍ਹਦਾ ਹੈ, ਅਤੇ ਉਹਦੇ 'ਤੇ ਉਹ ਆਪਣੀ ਭਾਵਨਾ ਦੇ ਨਾਲ ਸੋਚਣ ਵਿਚਾਰਨ ਦਾ ਮੌਕਾ ਤਿਆਰ ਕਰਦਾ ਹੈ। ਪਰ ਗੱਲ ਇਹ ਹੈ ਕਲੇਰ ਸਾਹਿਬ, ਸ਼ਬਦਾਂ ਦੀ ਉਡਾਨ ਜਿਹੜੀ ਹੈ ਬਹੁਤ ਵਧੀਆ, ਪਰ ਆਮ ਪਾਠਕ ਜਿਹੜਾ ਹੈ, ਇਹ ਇਕੱਲੀ ਤੁਸੀਂ ਆਪਣੀ ਕਵਿਤਾ ਕਹਿ ਦਿੱਤੀ, ਲਿਖ ਦਿੱਤੀ ਅਤੇ ਪਹੁੰਚਾ ਦਿੱਤੀ, ਇਹ ਵੱਡੇ ਪ੍ਰੋਫੈਸਰਸ, ਫਿਲੋਸਫਰਸ ਜਾਂ ਉਹਨਾਂ ਤੱਕ ਹੀ ਸੀਮਤ ਨਹੀਂ, ਤੁਹਾਡੀ ਕਵਿਤਾ ਕਿਤੇ ਵੀ ਜਾ ਸਕਦੀ ਹੈ, ਇੱਕ ਆਮ ਪਾਠਕ ਤੱਕ ਵੀ ਪਹੁੰਚ ਕਰਦੀ ਹੈ। ਪਰ ਉਸਦੇ ਵਿੱਚ ਇੱਕ ਜਿਹੜਾ ਫਲਾਹ ਹੈ ਉਹ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਬਿਲਕੁਲ ਤੁਹਾਡੀ ਗੱਲ ਵਾਜਬ ਹੈ ਕਿ ਤੁਸੀਂ ਇਸ ਜਿਸ ਗੱਲ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ, ਜਿਸ ਗੱਲ ਦੇ ਦੁਆਲੇ ਸਾਨੂੰ ਘੁੰਮਣ ਦੀ ਲੋੜ ਹੈਗੀ ਆ, ਉਹ ਤੁਹਾਡੀ ਗੱਲ ਬਿਲਕੁਲ ਵਾਜਬ ਹੈ। ਪਰ ਕਵਿਤਾ ਦੇ ਰੂਪਕ ਬਹੁਤ ਨੇ ਜੀ, ਸਿੱਧੀ ਸਾਧੀ ਬਾਲ ਕਵਿਤਾ ਵਰਗੀ ਗੱਲ ਵੀ ਹੁੰਦੀ ਆ, ਉਹਦੇ ਵਿੱਚ ਬੱਚੇ ਬਣ ਕੇ ਤੁਸੀਂ ਬੱਚਿਆਂ ਵਰਗੀ ਗੱਲ ਕਹਿ ਸਕਦੇ ਹੋ। ਬਿਲਕੁਲ, ਗੀਤ ਇੱਕ ਆਪਣੇ ਹਲਕੇ ਫੁਲਕੇ ਅੰਦਾਜ਼ ਨੂੰ ਲੈ ਕੇ ਆਉਂਦਾ ਹੈ, ਤੁਸੀਂ ਉੱਥੇ ਆਪਣੇ ਰੋਮਾਂਸ ਔਰ ਪਿਆਰ ਮੁਹੱਬਤ ਦੀ ਗੱਲ ਕਰਦੇ ਹੋ, ਇਸ ਤੋਂ ਤੁਰਦੇ ਤੁਰਦੇ ਗੁਸਾਖੀ ਮਾਫ ਮੈਂ ਆਪਣੀ ਗੱਲ ਨੂੰ ਕਿਸੇ ਹੋਰ ਤਰੀਕੇ ਨਾਲ ਥੋੜ੍ਹਾ ਜਿਹਾ ਕਹਿਣ ਦਾ ਗੁੱਸਾ ਵੀ ਕਰ ਰਿਹਾ ਹਾਂ ਕਿ ਭਾਵੇਂ ਮੈਂ ਬਚਪਨ ਦੇ ਵਿੱਚ ਗੁਰਬਾਣੀ ਨੂੰ ਅਸੀਂ ਕੰਠ ਕਰਨਾ ਸ਼ੁਰੂ ਕਰ ਦਿੱਤਾ, ਪਰ ਗੁਰਬਾਣੀ ਨੂੰ ਸਮਝਣਾ ਬਹੁਤ ਔਖਾ ਹੈ ਮੈਨੂੰ। ਮੈਂ ਥੋੜ੍ਹੀ ਗੱਲ ਮਜ਼ੇ ਮਜ਼ਾਕ ਤੁਹਾਡਾ ਗੱਲ ਕਰਨੀ ਚਾਹੁੰਦਾ ਕਿ ਉਹਦੇ ਵਿੱਚ ਇੱਕ ਜਗ੍ਹਾ ਇੱਕ ਸ਼ਬਦ ਆਉਂਦਾ ਹੈਗਾ, ਸਰਬ ਰੋਗ ਕਾ ਔਖਦ ਨਾਮ। ਤੋ ਮਾਫ ਕਰਨਾ, ਮੈਂ ਬਹੁਤ ਦੇਰ ਤੋਂ ਬਾਅਦ ਵਿੱਚ ਇਸ ਗੱਲ ਨੂੰ ਸਮਝ ਸਕਿਆ ਵੀ ਔਖਤ ਦਾ ਮਤਲਬ ਕੀ ਆ। ਪ੍ਰੋਫੈਸਰ ਸਾਹਿਬ, ਮੈਨੂੰ ਬਹੁਤ ਦੇਰ ਤੋਂ ਬਾਅਦ ਸਮਝ ਆਈ ਕਿ ਹਿੰਦੀ ਵਿੱਚ ਔਸ਼ਧੀ ਕਹਿੰਦੇ ਹੈ, ਅਤੇ ਜਦੋਂ ਆਪਾਂ ਇਸ ਲਿੰਪੀ ਅੰਤਰ ਇਸ ਸ਼ਕਲ ਦੇ ਵਿੱਚ ਜਦੋਂ ਇਹ ਸਾਡੇ ਕੋਲ ਰੂਪਕ ਪੇਸ਼ ਹੋਇਆ ਤਾਂ ਇਹ ਔਖਤ ਬਣ ਗਿਆ। ਤਾਂ ਮਤਲਬ ਇਹ ਆ ਕਿ ਮੈਂ ਫਿਰ ਵੀ ਇਸ ਗੱਲ ਨੂੰ ਥੋੜ੍ਹਾ ਜਿਹਾ ਆਪਣੇ ਢੰਗ ਨਾਲ ਕਹਿਣ ਦੀ ਖੁੱਲ੍ਹ ਲੈ ਰਿਹਾ ਕਿ ਤੁਹਾਡੀ ਮਾਨਸਿਕ ਉਡਾਨ ਸ਼ਬਦਾਂ ਦੇ ਰਾਹੀਂ, ਤੁਹਾਡਾ ਜਿਹੜੀ ਕਵਿਤਾ ਪ੍ਰਤੀ ਜੋ ਤੁਸੀਂ ਇੱਕ ਸੁਰ ਹੈਗੀ ਆ, ਇੱਕ ਉਹ ਗੱਲ ਹੈਗੀ ਆ, ਉਹ ਜਿਹੜੀ ਕਹਿਣ ਦੀ ਤੁਸੀਂ ਤੁਹਾਡੀ ਲੋੜ ਹੈਗੀ ਆ, ਉੱਥੇ ਉਸ ਸ਼ਾਇਰ ਦੀ
ਉਸ ਲੇਖਕ ਦੀ ਇੱਕ ਮਜਬੂਰੀ ਬਣ ਜਾਂਦੀ ਹੈ ਕਿ ਉਹ ਉਹ ਨਾਲੇ ਇੱਕ ਇਹ ਵੀ ਗੱਲ ਹੀ ਆ ਬੜੀ ਬੜੀ ਤੁਹਾਡੀ ਗੱਲ ਬੜੀ ਪੂਰਕ ਹੈ ਜਿਹੜੀ ਮੈਨੂੰ ਮੌਕੇ 'ਤੇ ਇੱਕ ਹੋਰ ਬਣਨਾ ਮਿਲ ਰਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਜ਼ਫਰਨਾਮਾ ਲਿਖਿਆ ਬੜੇ ਆਪਣੇ ਸਮਿਆਂ ਵਿੱਚ ਅਤੇ ਮਾਫ ਕਰਨਾ ਉਹ ਸਾਡੇ ਹਿਰਦਿਆਂ ਵਿੱਚ ਤਾਂ ਉਤਰਿਆ ਹੋਇਆ ਪਰ ਉਹ ਉਹਦਾ ਉਹਨਾਂ ਦਾ ਸੰਦੇਸ਼ ਕੀ ਆ ਸ਼ਾਇਦ ਹਾਲੇ ਵੀ ਅਸੀਂ ਕਈ ਵਾਰੀ ਸਮਝਣ ਨਹੀਂ ਸਮਝ ਸਕੇ ਬਿਲਕੁਲ ਜੀ ਚਿੰਤਕ ਹੀ ਸਾਨੂੰ ਉਸਦਾ ਅਤੇ ਮੈਂ ਮੇਰੀ ਗੱਲ ਲੰਬੀ ਨਾ ਹੋਵੇ ਤਾਂ ਮੈਂ ਆਪਣੀ ਗੱਲ ਨੂੰ ਇੱਥੇ ਹੀ ਵਿਰਾਮ ਦਿੰਦਾ ਕਿ ਤੁਸੀਂ ਸਮਾਂ ਵੱਧ ਹੁੰਦੇ ਜੀ ਹਾਂ ਕਲੇਰ ਸਾਹਿਬ ਪਹਿਲਾਂ ਮੈਂ ਇਹ ਵੀ ਨਾਲ ਜਾਣਨਾ ਚਾਹੁੰਦਾ ਅੰਗਰੇਜ਼ ਕਲੇਰ ਨੂੰ ਵੱਖ ਵੱਖ ਵਿਧਾਵਾਂ ਦੇ ਨਾਲ ਜਾਣਿਆ ਜਾਂਦਾ ਕੋਈ ਗਜ਼ਲ ਕੋ ਕਹਿੰਦਾ ਕੋਈ ਕਹਾਣੀਕਾਰ ਕੋਈ ਕਿੱਸਾਕਾਰ ਅਤੇ ਕੋਈ ਕਵੀ ਦੇ ਜ਼ਿਆਦਾ ਮਕਬੂਲ ਜਿਹੜਾ ਅੰਗਰੇਜ਼ ਕਲੇਰ ਹੋਇਆ ਉਹ ਕਵੀ ਦੇ ਰੂਪ 'ਚ ਹੋਇਆ ਸੋ ਕਲੇਰ ਸਾਹਿਬ ਮੈਂ ਵੱਖ ਵੱਖ ਵੰਨਗੀਆਂ ਦੇ ਵਿੱਚੋਂ ਇੱਕ ਇਹ ਵੀ ਚਾਹੁੰਦਾ ਕਿ ਵੀ ਕੋਈ ਸਾਡੇ ਵਿਰਸੇ ਦੇ ਬਾਰੇ ਕੋਈ ਸਾਡੇ ਸਮਾਜ ਦੇ ਬਾਰੇ ਜਾਂ ਸਾਡੀ ਪੰਜਾਬੀਅਤ ਦੇ ਬਾਰੇ ਕੋਈ ਤੁਹਾਡੀ ਕੋਈ ਗੱਲ ਮੈਂ ਦਰਸ਼ਕਾਂ ਦੇ ਰੂਬਰੂ ਕਰਨੀ ਚਾਹੁੰਦਾ ਅਤੇ ਜੇਕਰ ਸਾਨੂੰ ਕੋਈ ਵਿਰਸੇ ਦੇ ਬਾਰੇ ਕੋਈ ਸੁਣਾ ਦਿਓ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਹਿਰਦੇ ਦੇ ਵਿੱਚ ਵਸੀ ਹੋਈ ਗੱਲ ਨੂੰ ਆਪਣੇ ਕਬਜ਼ੇ 'ਚ ਕਰਕੇ ਮੈਨੂੰ ਮੌਕਾ ਦਿੱਤਾ ਕਿ ਮੈਂ ਕੋਈ ਵਿਰਸੇ ਦੀ ਗੱਲ ਕਰ ਸਕਾਂ ਹਕੀਕਤ ਵਿੱਚ ਇਹ ਹੈ ਕਿ ਹਰ ਮਨੁੱਖ ਜਿਸ ਖਿੱਤੇ ਔਰ ਜਿਹੜੀ ਕੌਮ ਦੇ ਵਿੱਚ ਰਹਿ ਹੁੰਦਾ ਬਿਲਕੁਲ ਉਸ ਥੋਂ ਦਾ ਜਿਹੜਾ ਵਿਰਸਾ ਹੈ ਉਹਦਾ ਪੂਰਾ ਅਮੀਰ ਸਰਮਾਇਆ ਜਿਹੜਾ ਹੈ ਉਹਦੇ ਅੰਦਰ ਵਸਿਆ ਹੋਇਆ ਹੁੰਦਾ ਹੈ ਬਿਲਕੁਲ ਉਹ ਕਿਸੇ ਮਜਬੂਰੀ ਵੱਸ ਜੇ ਉਹ ਆਪਣੀ ਗੱਲ ਕਹਿਣ ਤੋਂ ਗੁਰੇਜ਼ ਕਰਦਾ ਤਾਂ ਮੈਂ ਇਹ ਸਮਝਦਾ ਹਾਂ ਕਿ ਉਹ ਖਤਾ ਕਰ ਰਿਹਾ ਉਹਨੂੰ ਗੱਲ ਕਹਿਣੀ ਚਾਹੀਦੀ ਹੈ ਬਿਲਕੁਲ ਪਰ ਖਾਸ ਕਰਕੇ ਡਾਕਟਰ ਸਾਹਿਬ ਸਮੇਂ ਦੇ ਹਾਂ ਦੀ ਗੱਲ ਕਹਿਣ ਦੀ ਲੋੜ ਹੈ ਅਸੀਂ ਇਸ ਨੂੰ ਨਿਰਾਰਥਕ ਨਾ ਮੰਨ ਕੇ ਚੱਲੀਏ ਕਿ ਇਹ ਸਭ ਅਜਾਈ ਹੈ ਜੇ ਸਹੀ ਪੁੱਛੋ ਤਾਂ ਮੈਂ ਪੰਜਾਬ ਦੀ ਮਿੱਟੀ ਦਾ ਪੁੱਤ ਹੈ ਮੈਂ ਮਾਂ ਬੋਲੀ ਪੰਜਾਬੀ ਦਾ ਜਾਇਆ ਅਤੇ ਮੇਰੇ ਸਿਰ 'ਤੇ ਮਾਂ ਬੋਲੀ ਪੰਜਾਬੀ ਦਾ ਕਰਜ਼ ਹੈ ਮੈਂ ਇਹ ਨਹੀਂ ਚਾਹੁੰਦਾ ਕਿ ਮੈਂ ਇਸੇ ਜਨਮ ਵਿੱਚ ਉਹ ਕਰਜ਼ ਅਦਾ ਕਰ ਸਕਾਂ ਔਰ ਅਦਾ ਕਰਾਂ ਬਿਲਕੁਲ ਜੀ ਬਿਲਕੁਲ ਕਰਜ਼ ਕੋਈ ਵੀ ਅਦਾ ਨਹੀਂ ਹੋ ਸਕਦਾ ਜਿਸ ਦਾ ਨਾਂ ਹੀ ਰਿਣ ਹੈ ਕਰਜ਼ ਹੈ ਜੀ ਹਰਮਨ ਟੈਲੀਵਿਜ਼ਨ ਦੇ ਸਰੋਤਿਆਂ ਵਾਸਤੇ ਜੀ ਮੈਂ ਵੱਖਰੀ ਤਰ੍ਹਾਂ ਦੀ ਇੱਕ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸਾਡਾ ਵਿਰਸਾ ਖੋਲਿਆ ਸਾਥੋਂ ਸਾਡਾ ਵਿਰਸਾ ਸੋਹਣੇ ਦੇਸ਼ ਪੰਜਾਬ ਦਾ ਰਹਿੰਦਾ ਸੀ ਜੋ ਸਦਾ ਮਹਿਕਦਾ ਖਿੜਿਆ ਫੁੱਲ ਗੁਲਾਬ ਦਾ ਪੰਜ ਪਾਣੀਆਂ ਦੀ ਧਰਤੀ ਨੂੰ ਖਾ ਗਈਆਂ ਨੇ ਨਜ਼ਰਾਂ ਸਾਂਝਾ ਵਿਰਸਾ ਕਤਲ ਹਕੀਤਾ ਇਹਦੇ ਪੁੱਤ ਬੇਕਦਰਾਂ ਪੰਨਾ ਪੰਨਾ ਰੋਲ ਦਿੱਤਾ ਹੈ ਸੋਹਣੀ ਇਸ ਕਿਤਾਬ ਦਾ ਖੋਲਿਆ ਸਾਥੋਂ ਸਾਡਾ ਵਿਰਸਾ ਜ਼ਰੂਰ ਜ਼ਮੀਨ ਤੋਂ ਪਹਿਲਾਂ ਜ਼ਰੂਰੀ ਬਹੁਤ ਕੁਛ ਹੁੰਦਾ ਹੈ ਪਿਆਰ ਮੁਹੱਬਤ ਦੇ ਨਾਲ ਸੋਹਣਾ ਜੀਵਨ ਜਿਉਣਾ ਹੁੰਦਾ ਹੈ ਦੌੜ ਸਿੱਕੇ ਦੀ ਬਦਲੇ ਬਣਿਆ ਵਈ ਖਾਤਾ ਕਿਸੇ ਹਿਸਾਬ ਦਾ ਖੋਲਿਆ ਸਾਥੋਂ ਪੰਜ ਪਾਣੀਆਂ ਦੀ ਧਰਤੀ ਨੂੰ ਜ਼ਹਿਰਾਂ ਨੇ ਡੀਕ ਲਿਆ ਵੇਖੋ ਇਹਦੇ ਪੁੱਤਾਂ ਵੀ ਵਿੱਚ ਵੰਡੀਆਂ ਲੀਕ ਲਿਆ ਬੂੰਦ ਬੂੰਦ ਵਿੱਚ ਵੰਡਿਆ ਲੋਕੋ
ਅੰਮ੍ਰਿਤ ਨੀਰ ਪੰਜ ਆਪ ਦਾ ਖੋਲਿਆ ਸਾਥੋਂ ਵੇਖ ਉਹ ਰੱਬਾ ਮੇਰੇ ਨੈਣੀ ਨੀਰ ਕਦੀ ਨਾ ਰੁਕਿਆ ਏ ਮਹਬਤੀ ਅੱਖ ਦੀ ਪਾਕ ਨਦੀ ਦਾ ਨੀਰ ਕਦੀ ਨਾ ਸੁੱਕਿਆ ਏ ਮੇਰੇ ਹਿਰਦੇ ਹੁਣ ਵੀ ਡਲ ਕੇ ਪਾਣੀ ਪ੍ਰੀਤ ਚਨਾਬ ਦਾ ਖੋਲਿਆ ਸਾਥੋਂ ਸਾਡਾ ਵਿਰਸਾ ਸੋਭਦੀਆਂ ਸਨ ਸਿਰ ਦਸਤਾਰਾਂ ਸੋਹਣੇ ਮੁਖੜੇ ਸੁਰਖ ਲਹੂ ਸੋਭਦੀਆਂ ਸਨ ਸਿਰ ਦਸਤਾਰਾਂ ਸੋਹਣੇ ਮੁਖੜੇ ਸੁਰਖ ਲਹੂ ਸਭ ਦੀ ਜਿੱਥੇ ਕਦਰ ਸੀ ਸਾਂਝੀ ਮਾਂ ਪਿਓ ਧੀ ਤੇ ਪੁੱਤ ਬਹੂ ਨਾਨਕ ਤੋਂ ਲੈ ਗੋਬਿੰਦ ਵਰਗਾ ਸ਼ਬਦ ਸੀ ਅਦਬ ਅਦਾਬ ਦਾ ਖੋਲਿਆ ਸਾਥੋਂ ਸਾਡਾ ਵਿਰਸਾ ਸੋਹਣੇ ਦੇਸ਼ ਪੰਜਾਬ ਦਾ ਆਧੁਨਿਕ ਦੌੜ ਆਧੁਨਿਕ ਅੰਨੀ ਦੌੜ ਦੇ ਕਾਰਨ ਮਾਂ ਬੋਲੀ ਦਾ ਕੀਤਾ ਘਾਣ ਆਧੁਨਿਕ ਅੰਨੀ ਦੌੜ ਦੇ ਕਾਰਨ ਮਾਂ ਬੋਲੀ ਦਾ ਕੀਤਾ ਘਾਣ ਇਸਦੇ ਸਿਰ ਤੋਂ ਕਲਗੀ ਧੂ ਕੇ ਕਿੰਜ ਕਰੀਏ ਹੁਣ ਇਸ ਤੇ ਮਾਣ ਸ਼ਿੰਗਾਰ ਕੇ ਰੱਖੀਏ ਹਰ ਇੱਕ ਸੁਪਨਾ ਸੋਹਣੀ ਪ੍ਰੀਤ ਕਿਤਾਬ ਦਾ ਖੋਲਿਆ ਸਾਥੋਂ ਸਾਡਾ ਵਿਰਸਾ ਸੋਹਣੇ ਦੇਸ਼ ਪੰਜਾਬ ਦਾ ਡਾਕਟਰ ਸਾਹਿਬ ਅਹੀਰਲਾ ਜੀ ਅਹੀਰਲਾ ਸਤਰਾਂ ਨੇ ਇੱਕ ਸੁਨੇਹਾ ਵੀ ਹੈ ਜੀ ਉਹ ਅਸੀਂ ਸਾਰੇ ਹੀ ਦੇਣਾ ਚਾਹੁੰਦੇ ਹਾਂ ਕੁੱਲ ਦੁਨੀਆਂ ਨੂੰ ਆਓ ਸੋਚੀਏ ਰਲ ਕੇ ਸਾਰੇ ਕਿਉਂ ਵਿਰਸੇ ਤੋਂ ਥਿੜਕ ਗਏ ਆਓ ਸੋਚੀਏ ਰਲ ਕੇ ਸਾਰੇ ਕਿਉਂ ਵਿਰਸੇ ਤੋਂ ਥਿੜਕ ਗਏ ਮੁਹੱਬਤ ਵਾਲੀ ਚਾਟੀ ਦੇ ਵਿੱਚ ਕਿਉਂ ਨਫ਼ਰਤ ਨੂੰ ਰਿੜਕ ਗਏ ਆਓ ਸੋਚੀਏ ਰਲ ਕੇ ਸਾਰੇ ਕਿਉਂ ਵਿਰਸੇ ਤੋਂ ਥਿੜਕ ਗਏ ਮੁਹੱਬਤ ਵਾਲੀ ਚਾਟੀ ਦੇ ਵਿੱਚ ਕਿਉਂ ਨਫ਼ਰਤ ਨੂੰ ਰਿੜਕ ਗਏ ਸੋਹਣਾ ਪਵਿੱਤਰ ਰੂਪ ਕਿਉਂ ਟੁੱਟਿਆ ਸੋਹਣਾ ਪਵਿੱਤਰ ਰੂਪ ਕਿਉਂ ਟੁੱਟਿਆ ਨਾਨਕ ਦੇ ਇਸ ਖੁਆਬ ਦਾ ਸੋਹਣਾ ਪਵਿੱਤਰ ਰੂਪ ਕਿਉਂ ਟੁੱਟਿਆ ਨਾਨਕ ਦੇ ਇਸ ਖੁਆਬ ਦਾ ਖੋਲਿਆ ਸਾਥੋਂ ਸਾਡਾ ਵਿਰਸਾ ਸੋਹਣੇ ਦੇਸ਼ ਪੰਜਾਬ ਦਾ ਕਲੇਰ ਸਾਹਿਬ ਤੁਸੀਂ ਬਹੁਤ ਵਧੀਆ ਕਵਿਤਾ ਵੀ ਲਿਖਦੇ ਹੋ ਕਹਾਣੀਆਂ ਲਿਖਦੇ ਹੋ ਗੀਤ ਵੀ ਲਿਖਦੇ ਹੋ ਤੁਹਾਡਾ ਇੱਕ ਬਹੁਤ ਮਕਬੂਲ ਗੀਤ ਹੋਇਆ ਸੀ ਜੇਕਰ ਤੁਸੀਂ ਸਾਡੇ ਦਰਸ਼ਕਾਂ ਨੂੰ ਰੂਬਰੂ ਕਰ ਦਿਓ ਡਾਕਟਰ ਸਾਹਿਬ ਇਹ ਤੁਹਾਡੀ ਜ਼ਰਾ ਨਵਾਜ਼ੀ ਹੈ ਕਿ ਤੁਸੀਂ ਹੀ ਇਸ ਗੱਲ ਨੂੰ ਐਪਰੀਸ਼ੀਏਟ ਕਰ ਰਹੇ ਹੋ ਮੈਂ ਇਸ ਕਰਕੇ ਕਿ ਇਸ ਗੱਲ ਇਹ ਹੈਗੀ ਆ ਕਿ ਮੈਂ ਇਹ ਨਾ ਚੀਜ਼ ਨਾ ਬਹੁਤ ਵਧੀਆ ਕੁਛ ਨਹੀਂ ਕਹਿ ਸਕਦਾ ਨਹੀਂ ਨਹੀਂ ਬਹੁਤ ਵਧੀਆ ਤੁਹਾਡੇ ਹੁਕਮ ਤੇ ਚਾਰ ਲਾਈਨਾਂ ਮੈਂ ਤੁਹਾਡੀ ਨਜ਼ਰ ਕਰ ਰਿਹਾ ਹਾਂ ਕੁਛ ਇਸ ਤਰ੍ਹਾਂ ਦੇ ਸ਼ਬਦ ਨੇ ਉਹਨਾਂ ਦੀ ਆਪਣੀ ਤਰ੍ਹਾਂ ਦੀ ਗਹਿਰਾਈ ਹੈ ਮਾਏ ਨੀ ਮਾਏ ਸੁਣ ਮੇਰੀ ਇਹਦੀ ਮਹਿਲ ਮੇਨ ਤੇਰੇ ਨਾਲ ਗੱਲ ਨਹੀਂ ਕਰਾਂ ਮਾਏ ਨੀ ਮਾਏ ਸੁਣ ਮੇਰੀ ਇਹਦੀ ਮਹਿਲ ਮੇਨ ਤੇਰੇ ਨਾਲ ਗੱਲ ਨਹੀਂ ਕਰਾਂ ਹੰਝੂ ਭਿੱਜੇ ਮੌਸਮਾਂ ਦਾ ਤਾਰਿਆਂ ਦੀ ਛਾਵੇਂ ਬਹਿ ਕੇ ਦੱਸ ਕਿਵੇਂ ਦੁੱਖ ਨਹੀਂ ਜਾਣਾ ਰੁੱਸ ਗਿਆ ਲਾੜਾ ਮਾਏ ਸਾਡਾ ਨੀ ਪਿਆਰ ਵਾਲਾ ਕਿੰਜ ਮਾਏ ਦਿਲ ਨੀ ਤਰਾਂ ਪੈ ਪੈ ਜਾਨ ਮਾਏ ਮੁੜ ਮੁੜ ਦੰਦਲਾਂ ਨੀ ਵਿਯੋਗ ਵਾਲੀ ਪੀੜਨਾ ਜਰਾਂ ਮਾਏ ਨੀ ਮਾਏ ਸੁਣ ਮੇਰੀ ਇਹਦੀ ਮਹਿਰ ਮੈਂ ਤੇਰੇ ਨਾਲ ਗੱਲ ਨਹੀਂ ਕਰਾਂ ਹੰਝੂਆਂ ਚ ਮਾਏ ਮੇਰਾ ਤਨ ਮਨ ਡੁੱਬ ਗਿਆ ਹੋਰ ਕਿੱਥੇ ਡੁੱਬ ਨੀ ਮਰਾਂ ਤਾਰਿਆਂ ਦੀ ਪੀੜ ਮੇਰੀ ਪੀੜ ਨਾਲ ਸਾਂਝੀ ਹੋਈ ਤਾਰਿਆਂ ਦੀ ਪੀੜ ਮੇਰੀ ਪੀੜ ਨਾਲ ਸਾਂਝੀ ਹੋਈ ਜਾਗਦੇ ਨੇ ਮੇਰੀ ਹੀ ਤਰ੍ਹਾਂ ਛਿੱਜ ਚੱਲੀ ਮਾਏ ਸਾਡੀ ਸੂਹੇ ਰੰਗੀ ਚੁੰਨੜੀ ਨੀ ਛਿੱਜ ਚੱਲੀ ਮਾਏ ਸਾਡੀ ਸੂਹੇ ਰੰਗੀ ਚੁੰਨੜੀ ਨੀ ਦੱਸ ਕਿਹੜੀ ਕੰਨੀ ਨੀ ਫੜਾਂ ਉੱਠੇ ਨੀ ਕਲੇਜੇ ਮਾਏ ਧੂੜ ਤੂੰ ਪਾਉਂਦੀ ਉੱਠੇ ਨੀ ਕਲੇਜੇ ਮਾਏ ਪੀੜ ਧੂ ਪਾਉਂਦੀ ਨੀ
ਇੱਕ ਉਹਨੂੰ ਕਿੰਜ ਨਹੀਂ ਜਰਾਂ ਮਾਏ ਨਹੀਂ ਮਾਏ ਸੁਰ ਮੇਰੀ ਨਹੀਂ ਮੈਡਮੇ ਤੇਰੇ ਨਾਲ ਗੱਲ ਨਹੀਂ ਕਰਾਂ ਕਰਾਂ ਵਾਹ ਕਲੇਰ ਸਾਹਿਬ ਗੀਤ ਕਿਆ ਬਾਤ ਹੈ ਬਹੁਤ ਵਧੀਆ ਮਾਂ ਨੂੰ ਤੁਸੀਂ ਮੁਖਾਤਿਫ ਹੋਏ ਹੋ ਜੇਕਰ ਹੋ ਸਕੇ ਗਜ਼ਲ ਵੀ ਹੋ ਜਾਏ ਡਾਕਟਰ ਸਾਹਿਬ ਮੇਰੀ ਇੱਕ ਨਿੱਜੀ ਭਾਵਨਾ ਵੀ ਸੀ ਜੀ ਕਿ ਕੁਛ ਉਹ ਬਲਬਲੇ ਕਹਿਣ ਦੀ ਲੋੜ ਹੁੰਦੀ ਆ ਵੱਖ ਵੱਖ ਵੰਨਗੀ ਜਿਹੜੀ ਹੈ ਮੇਰੇ ਤੇ ਇੱਕ ਇਲਜ਼ਾਮ ਲੱਗਿਆ ਸ਼ਬਦਾਂ ਦੇ ਉਲਝਣ ਦਾ ਸਿੱਧੇ ਸਾਦੇ ਸ਼ਬਦਾਂ ਵਿੱਚ ਮੈਂ ਕੋਈ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੁਹਾਡੀ ਨਜ਼ਰ ਹੈ ਤੇ ਹਰਮਨ ਟੀ ਵੀ ਦੇ ਦਰਸ਼ਕਾਂ ਦੀ ਨਜ਼ਰ ਹੈ ਮੇਰੇ ਨੈਣੀ ਸੁਫਨੇ ਭਰ ਕੇ ਤੇ ਮੇਰੇ ਨੈਣੀ ਸੁਫਨੇ ਭਰ ਕੇ ਤੇ ਕਿਉਂ ਜਾਲ ਵਿਛਾਇਆ ਦਰਦਾਂ ਦਾ ਮੇਰੇ ਨੈਣੀ ਸੁਫਨੇ ਭਰ ਕੇ ਤੇ ਕਿਉਂ ਜਾਲ ਵਿਛਾਇਆ ਦਰਦਾਂ ਦਾ ਮੰਗਿਆ ਸੀ ਫੁੱਲ ਮੁਹੱਬਤ ਦਾ ਗੱਲ ਹਾਰ ਪਹਿਨਾਇਆ ਕਰਦਾ ਬਹੁਤ ਅੱਛੇ ਬਹੁਤ ਖੂਬ ਮੈਨੂੰ ਰਾਹਾਂ ਦੇ ਵਿੱਚ ਛੱਡ ਕੇ ਤੇ ਕਿਉਂ ਅਧਵਾਟੇ ਹੀ ਦੌੜ ਗਿਓ ਇਹ ਜ਼ਿੰਦਗੀ ਜਿਉਣੀ ਖੇਡ ਨਹੀਂ ਇਹ ਕੰਮ ਸਦਾ ਹੈ ਮਰਦਾਂ ਦਾ ਮੇਰੇ ਨੈਣੇ ਸੁਪਨੇ ਭਰ ਕੇ ਤੇ ਕਿਉਂ ਮੇਰੇ ਹੱਥੀ ਰੱਖ ਦਿੱਤੇ ਤੂੰ ਸੜਦੇ ਬਾਲਦੇ ਅੰਗਿਆਰੇ ਕਿਉਂ ਮੇਰੇ ਹੱਥੀ ਰੱਖ ਦਿੱਤੇ ਤੂੰ ਸੜਦੇ ਬਾਲਦੇ ਅੰਗਿਆਰੇ ਤੂੰ ਕੀ ਕੀਤਾ ਤੇ ਕਿਉਂ ਕੀਤਾ ਇਹ ਕੰਮ ਨਹੀਂ ਹਮ ਦਰਦਾਂ ਦਾ ਮੇਰੇ ਨੈਣੇ ਸੁਪਨੇ ਭਰ ਕੇ ਤੇ ਕਿਉਂ ਜਾਲ ਵਿਛਾਇਆ ਦਰਦਾਂ ਦਾ ਕਿੰਨਾ ਓਹਲੇ ਕਿੰਨੇ ਪਰਦੇ ਤੂੰ ਪਾਏ ਸੀ ਧੋਖਾ ਦੇਵਨ ਲਈ ਕਿੰਨੇ ਓਹਲੇ ਕਿੰਨੇ ਪਰਦੇ ਤੂੰ ਪਾਏ ਸੀ ਧੋਖਾ ਦੇਵਨ ਲਈ ਕੋਈ ਧੋਖੇ ਵਾਲੀ ਖੇਡ ਨਹੀਂ ਇਹ ਕੰਮ ਤਾਂ ਹੈ ਬੇਪਰਦਾਂ ਦਾ ਮੇਰੇ ਨੈਣੇ ਸੁਪਨੇ ਭਰ ਕੇ ਤੇ ਕਿਉਂ ਜਾਲ ਵਿਛਾਇਆ ਦਰਦਾਂ ਦਾ ਇਹ ਡਾਕਟਰ ਸਾਹਿਬ ਅਖੀਰਲਾ ਸ਼ੇਅਰ ਹੈ ਜੀ ਇਹ ਧਰਤੀ ਪਿਆਰ ਮੁਹੱਬਤ ਦੀ ਜੋ ਬੀਜ ਫੁੱਲਾਂ ਦੇ ਮੰਗਦੀ ਸੀ ਇਹ ਧਰਤੀ ਪਿਆਰ ਮੁਹੱਬਤ ਦੀ ਜੋ ਬੀਜ ਫੁੱਲਾਂ ਦੇ ਮੰਗਦੀ ਸੀ ਕੋਈ ਪਿਆਰ ਦੀ ਪੋਥੀ ਖੋਲੀ ਨਾ ਕੋਈ ਪਿਆਰ ਦੀ ਪੋਥੀ ਖੋਲੀ ਨਾ ਖਾਤਾ ਖੋਲ ਲਿਆ ਕਿਉਂ ਫਰਦਾਂ ਦਾ ਖਾਤਾ ਖੋਲ ਲਿਆ ਕੀ ਫਰਦਾਂ ਦਾ ਕੋਈ ਪਿਆਰ ਦੀ ਪੋਥੀ ਖੋਲੀ ਨਾ ਖਾਤਾ ਖੋਲ ਲਿਆ ਕਿਉਂ ਫਰਦਾਂ ਦਾ ਮੇਰੇ ਨੈਣੇ ਸੁਪਨੇ ਭਰ ਕੇ ਤੇ ਕਿਉਂ ਜਾਲ ਵਿਛਾਇਆ ਦਰਦਾਂ ਦਾ ਮੰਗਿਆ ਸੀ ਫੁੱਲ ਮੁਹੱਬਤ ਦਾ ਗੱਲ ਹਾਰ ਪਹਿਨਾਇਆ ਕਰਦਾਂ ਦਾ ਕਿਆ ਬਾਤ ਹੈ ਬਹੁਤ ਬਹੁਤ ਧੰਨਵਾਦ ਬਹੁਤ ਹੀ ਮਜ਼ਾ ਆਇਆ ਬਹੁਤ ਹੀ ਸਵਾਦ ਆਇਆ ਤੁਹਾਡੀਆਂ ਕਵਿਤਾਵਾਂ ਗਜ਼ਲਾਂ ਗੀਤ ਸੁਣ ਕੇ ਤੁਸੀਂ ਹਰ ਰੰਗ ਨੂੰ ਆਪਣੇ ਸ਼ਬਦਾਂ ਦੇ ਵਿੱਚ ਪਰੋਇਆ ਵਿਰਸੇ ਨੂੰ ਪਰੋਇਆ ਬਾਬੇ ਨਾਨਕ ਦੀ ਬਾਣੀ ਨੂੰ ਪਰੋਇਆ ਔਰ ਆਪਣੀ ਗਜ਼ਲਾਂ ਆਪਣੇ ਗੀਤ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਡਾਕਟਰ ਸਾਹਿਬ ਮੈਨੂੰ ਫਿਰ ਬਹਾਨਾ ਮਿਲ ਗਿਆ ਹਰਮਨ ਟੈਲੀਵਿਜ਼ਨ ਦੇ ਰਾਹੀਂ ਆਪਣੇ ਉਹਨਾਂ ਸਾਰੇ ਦੋਸਤਾਂ ਉਹਨਾਂ ਦਰਸ਼ਕਾਂ ਤੱਕ ਆਪਣੇ ਹਿਰਦੇ ਦੀ ਗੱਲ ਪਹੁੰਚਾਉਂਦਾ ਮੈਂ ਇਸੇ ਬਹਾਨੇ ਹਰਮਨ ਟੀ ਵੀ ਦੇ ਬਹਾਨੇ ਮੁਹੱਬਤ ਦਾ ਸੰਦੇਸ਼ ਦੇਣ ਦੇ ਵਾਸਤੇ ਮੌਕਾ ਖੋਇਆ ਜਾਂ ਤੁਸੀਂ ਮੈਨੂੰ ਮੌਕਾ ਦਿੱਤਾ ਮੈਨੂੰ ਬਹੁਤ ਪਿਆਰਾ ਲੱਗ ਰਿਹਾ ਔਰ ਮੈਨੂੰ ਦਿਲੋਂ ਮਹਿਸੂਸ ਹੋ ਰਿਹਾ ਕਿ ਹਰਮਨ ਟੈਲੀਵਿਜ਼ਨ ਨੇ ਮੇਰੇ 'ਤੇ ਇੱਕ ਆਪਣਾ ਰਿੰਨ ਚੜ੍ਹਾ ਦਿੱਤਾ ਮੈਨੂੰ ਆਪਣਾ ਕਰਜ਼ਾ ਹੀ ਕਰ ਲਿਆ ਅਤੇ ਮੈਨੂੰ ਮੌਕਾ ਦਿੱਤਾ ਮੈਂ ਹਰਮਨ ਟੀ ਵੀ ਦੇ ਰਾਹੀਂ ਆਪਣੇ ਦੋਸਤਾਂ ਆਪਣੇ ਦਰਸ਼ਕਾਂ ਤੱਕ ਆਪਣੀ ਗੱਲ ਪਹੁੰਚਾ ਸਕਾਂ ਉਹ ਗੱਲ ਜਿਹੜੀ ਹੁਣ ਤੋਂ ਪਹਿਲਾਂ ਅਸੀਂ ਆਪਣੇ ਕੁਝ ਦੋਸਤਾਂ ਕੁਝ ਰਿਸ਼ਤਿਆਂ ਕੁਛ ਜਾਣਕਾਰਾਂ ਤੱਕ ਪਹੁੰਚਾਉਣ ਤੱਕ ਸੀਮਤ ਰਹਿ ਜਾਂਦੇ ਸੀ ਅੱਜ ਉਹ ਮੌਕਾ ਮਿਲਿਆ ਇਸ ਕਰਕੇ ਮੈਂ ਬਹੁਤ ਬਹੁਤ
ਹਰਮਨ ਟੈਲੀਵਿਜ਼ਨ ਦੇ ਮਾਲਕਾਂ, ਪੂਰੇ ਪ੍ਰਬੰਧਕਾਂ, ਪੂਰੇ ਆਰਗੇਨਾਈਜੇਸ਼ਨ ਟੀਮ ਦੇ ਕੰਮ ਕਰਨ ਵਾਲੇ ਸਾਰੇ ਕਰਿੰਦਿਆਂ ਨੂੰ, ਸਮੇਤ ਮਨਵਿੰਦਰ ਜੀ, ਸਮੇਤ ਤੁਸੀਂ ਅਤੇ ਸਮੇਤ ਜਿਸ ਧਰਤੀ ਦੇ ਉੱਪਰ ਬੈਠ ਕੇ ਮੈਂ ਤੁਹਾਡੇ ਨਾਲ ਸੰਵਾਦ ਰਚਾ ਰਿਹਾ ਹਾਂ, ਮੈਨੂੰ ਖੁਸ਼ੀ ਹੈ ਕਿ ਮੇਰੇ ਵਾਸਤੇ ਅੱਜ ਦਾ ਦਿਨ ਸੁਭਾਗਾ ਦਿਨ ਹੈ। ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਤੁਹਾਡਾ ਔਰ ਦਰਸ਼ਕਾਂ ਦਾ, ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ, ਧੰਨਵਾਦ। ਅੱਜ ਰੂਬਰੂ ਪ੍ਰੋਗਰਾਮ ਦੇ ਰਾਹੀਂ ਹਰਮਨ ਟੀਵੀ ਦੇ ਦਰਸ਼ਕ ਅੰਗਰੇਜ ਕਲੇਰ ਕਵੀ ਨੂੰ ਆਪਣੇ ਰੂਬਰੂ ਦੇਖ ਰਹੇ ਸੀ ਅਤੇ ਮੈਂ ਡਾਕਟਰ ਗੁਰਵਿੰਦਰ ਨਵੇਂ ਇੱਕ ਐਪੀਸੋਡ ਦੇ ਨਾਲ, ਨਵੇਂ ਇੱਕ ਕਵੀ ਦੇ ਨਾਲ ਤੁਹਾਨੂੰ ਦੁਬਾਰਾ ਮਿਲਣ ਦੀ ਚਾਹ 'ਚ। ਸ਼ਫਾ ਖੈਰ, ਸਤਿ ਸ਼੍ਰੀ ਅਕਾਲ, ਜੈ ਹਿੰਦ ਦੋਸਤੋ।